लुधियाने शहर में क्राइम की तादाद लगातार बढ़ती जा रही है। ताजा मामले की गल करांगे। स्विगी फूड का ऑर्डर देने जा रहे नौजवान से हमला कर दिया गया। पांच नौजवानों के वालों इस वारदात को अंजाम दिया गया। फ्लाईओवर से घंटाघर फ्लाईओवर से एक्टिवा की चाबी बंद करके नौजवान से जिहड़ा हमला किया गया, जिस तों बाद नौजवान काफ़ी घबरा गया। दस्सिए कि लुधियाने विच लुटेरियां दे हौसले बुलंद होंदे जा रहे ने। फूड डिलीवरी दा ऑर्डर देन जा रहे नौजवान नूं निशाना बना लिया गया ते जिहड़े बदमाश सी एक्टिवा लैके फरार हो गए। पीड़ित नौजवान ने कहा तीन दिनों तो वेला रहन दे लई उह मजबूर है। नौजवान ने दस्सिया 3 नवंबर नूं उह ऑर्डर देन वास्ते फ्लाईओवर उपर जा रहा सी अते पिछों दो बाइकां उपर पांच नौजवान जिन्हां दे विचों इक ने उसदी एक्टिवा की चाबी बंद कर दी। जदों उसने एक्टिवा भजाउण की कोशिश की तां पिछे आ रहे नौजवान ने दातर दे नाल ही उसनू मारन की कोशिश की। जान बचाउण वास्ते उह फ्लाईओवर तो टप के दूजे पासे भज गया। लुटेरे उसकी एक्टिवा लैके फरार हो गए, जिसकी सूचना उसने 100 नंबर दी। जिस तों बाद पुलिस अधिकारी उसनू संबंधित थाने लै आए और उसकी कंप्लेंट दर्ज की। उसने कहा कि उसका पिछले 3 दिनों तो काम बंद है और वह वेला रहने के लिए मजबूर है। उसने लुधियाना पुलिस कमिश्नर को अपील की है कि जल्द तो जल्द लुटेरिया फड़ के उस दी जिहड़ी एक्टिवा वापस सवाई जाए। की नाम है जी? परविंदर सिंह भाजी। अच्छा, की गलबात हुई है? ਭਾਜੀ, ਮੈਂ ਨਾ 30 ਤਰੀਕ ਦੀ ਰਾਤ ਨੂੰ ਜੇ ਐਮ ਡੀ ਮੋਲ ਦੀ ਬੈਕ ਸਾਈਡ ਤੋਂ ਸੁਭਾਸ਼ ਢਾਬੇ ਤੋਂ ਔਡਰ ਲੈ ਕੇ ਜਾ ਰਿਹਾ ਸੀਗਾ। ਹਾਂਜੀ। ਅਤੇ ਜਿੱਦਾਂ ਮੈਂ ਜਗਰਾਮ ਪੁਲ ਤੋਂ ਯੂ ਟਰਨ ਲਿਆ, ਪੁਲ ਦੇ ਉੱਤੋਂ ਦੀ ਜਾ ਰਿਹਾ ਸੀ ਸਲੇਮ ਟਾਬਰੀ ਵੱਲ ਨੂੰ। ਅਤੇ ਮੇਰੇ ਪਿੱਛੇ 5 ਮੁੰਡੇ ਕਲੋਕ ਟਾਵਰ ਹਨ ਪੁਲ 150 ਮੀਟਰ 'ਤੇ ਅੱਗੇ ਜਾ ਕੇ 5 ਮੁੰਡੇ ਆਏ। ਇੱਕ ਨੇ ਆ ਕੇ ਸਕੂਟਰੀ ਸਿੱਧਾ ਮੇਰੀ ਸਕੂਟਰੀ ਚੱਲਦੀ ਦੇ ਨਾਲ ਚਾਬੀ ਔਫ ਕਰਤੀ ਮੇਰੀ। ਅਤੇ ਚਾਬੀ ਔਫ ਕੀਤੀ ਉਹਨੇ ਅਤੇ ਮੇਰੀ ਸਕੂਟਰੀ ਖੜ ਗਈ ਅਤੇ ਮੈਂ ਸਟਾਰਟ ਕਰਕੇ ਮੋਡਲ ਲੱਗਾ ਪਿੱਛੇ ਨੂੰ ਅਤੇ ਪਿੱਛੋਂ ਇੱਕ ਸਰਦਾਰ ਮੁੰਡਾ ਸਕੂਟਰੀ 'ਤੇ ਉੱਤਰ ਕੇ ਆਇਆ। ਉਹ ਖੰਡਾ ਜਿਹਾ ਸੀਗਾ ਕੁਛ, ਮੇਰੇ ਮਾਰਨ ਲੱਗਾ ਅਤੇ ਮੈਂ ਆਪਣੀ ਜਾਨ ਬਚਾ ਛਾਲ ਮਾਰਤੀ ਪਰਲੀ ਸਾਈਡ। ਮੈਂ ਸਕੂਟਰੀ ਛੱਡ ਕੇ ਮੈਂ ਪਰਲੀ ਸਾਈਡ ਰੋਡ 'ਤੇ ਛਾਲ ਮਾਰਤੀ, ਪਿੱਛੇ ਨੂੰ ਭੱਜ ਗਿਆ ਅਤੇ ਫਿਰ ਉਹ ਮੁੰਡਾ ਮੇਰੀ ਸਕੂਟਰੀ ਸਟਾਰਟ ਕਰਕੇ ਲੈ ਗਿਆ। ਉਹਨਾਂ 'ਚ ਮਤਲਬ ਇੱਕ ਬੰਦਾ ਕਹਿ ਰਿਹਾ ਕਿ ਰਹਿੰਦੇ ਇਲੈਕਟ੍ਰਿਕ ਆ, ਇਲੈਕਟ੍ਰਿਕ ਸਕੂਟਰੀ ਆ ਕਿ ਰਹਿੰਦੇ ਕੀ ਟਰੇਸ ਨਾ, ਜਿਵੇਂ ਇੱਦਾਂ ਬੋਲ ਰਿਹਾ ਸੀ। ਤਾਂ ਫਿਰ ਉਹ ਫਿਰ ਵੀ ਉਹ ਸਟਾਰਟ ਕਰਕੇ ਲੈ ਗਿਆ ਸਕੂਟਰੀ ਮੇਰੀ ਉਹ। ਅੱਛਾ, ਕੀ ਕੰਮ ਕੀ ਕਰਦੇ ਤੁਸੀਂ? ਮੈਂ ਸਰ ਸਵਿਗੀ ਦਾ ਫੂਡ ਡਿਲੀਵਰ ਦਾ। ਲੱਗਦਾ ਕਿ ਸ਼ਹਿਰ ਸੁਰੱਖਿਅਤ ਨਹੀਂ ਹੈਗਾ? ਜਿਸ ਹਿਸਾਬ ਨਾਲ ਸਰ ਉੱਤੇ ਪੁਲ 'ਤੇ ਕੋਈ ਕੈਮਰਾ ਵੀ ਨਹੀਂ ਹੈਗਾ। ਹਾਂਜੀ। ਅਤੇ ਨਾ ਉੱਤਰਦੇ ਹੋਏ ਕੈਮਰਾ ਹੈਗਾ, ਫਿਰ ਇਸ ਹਿਸਾਬ ਨਾਲ ਤਾਂ ਭਾਈ ਕਹਿ ਸਕਦੇ ਸੁਰੱਖਿਅਤ ਨਹੀਂ ਹੈਗਾ। ਅੱਛਾ, ਜਿੱਦਾਂ ਤੋਂ ਤੁਹਾਡੇ ਨਾਲ ਜਿਹੜੀ ਵਾਰਦਾਤ ਹੋਈ ਹੈ, ਤੁਸੀਂ ਹੁਣ ਤੁਹਾਡਾ ਕੰਮ ਬੰਦ ਹੋ ਗਿਆ? ਸਰ ਹੋ ਰਿਹਾ ਵਾ, ਮਤਲਬ ਕਿ ਮੈਂ 30 ਤਰੀਕ ਨੂੰ ਮਤਲਬ ਰਿਪੋਰਟ। ਕੰਮ ਕਿਵੇਂ ਕਰਦੇ ਹੋ ਤੁਸੀਂ ਆਪਣਾ? ਸਵਿਗੀ ਦਾ? ਹਾਂਜੀ ਹਾਂਜੀ ਕਰਦਾ ਕੰਮ। ਹੁਣ ਤਾਂ ਮੇਰਾ ਨਾਲ 3 ਦਿਨ ਹੋ ਗਏ ਮੈਂ ਕਰੀ ਹਾਂ ਭਾਅ ਜੀ। ਕਰੀ ਹਾਂ। ਹਾਂਜੀ।